ओके आ जाओ फिर ध्यान दो जल्दी। आज का जो सारा टॉपिक रहेगा वो हैगा इंडियन कॉन्स्टिट्यूशन का शेड्यूल्स। इस तो पहले आप शेड्यूल्स पढ़े हुए ना, मैंने जिड़िया चीज़ा मैं तुम्हें तो पूछनिया उन्होंने तुम मैं आंसर देना, ठीक है? हाँ, फोकस थोड़े तो भी होगा, मेरा इधर भी होगा, सारे पास होगा। इस करके जिड़ी जो क्वेश्चन तुम्हें पूछा जाएगा वह आंसर तुम्हें प्रॉपर देना, ठीक है? तो इस तो पहले जो असं पिछला टॉपिक पढ़िया वो अपना सीगा सोर्सेस ऑफ इंडियन कॉन्स्टिट्यूशन, जिदे असं किन्ने देशों बारे गल की सी, होंगे 5-7 के ज्यादा है। हाँ, इंग्लैंड, यूएसए, आयरलैंड, कैनेडा, रशिया, जर्मनी, आस्ट्रेलिया, जापान, साउथ अफ्रीका, फ्रांस। ये साढ़े जोड़ा सगा प्रीवियस लैक्चर से, ठीक है? ये असं कंप्लीट कर चुके हैं। अज का जोड़ा सारा टॉपिक है वो अपना टॉपिक रहेगा इंडियन कॉन्स्टिट्यूशन के शेड्यूल्स का, तो जिदे आप जो टॉपिक पढ़ने हैं मतलब केंद्र शासित राज कि शेड्यूल के बनते हैं, ठीक है? लैंग्वेज बारे गल होगी, ऑथ किनू ऑथ चुकाई जाती है, कि मतलब संविधानिक संविधान की अनुसूची राही चुकाई जाती है, तो कि परसन मतलब है इंडियन कॉन्स्टिट्यूशन के इंडियन पार्लीमेंट के जो सहु नहीं चकते। फिर उस तो बाद पहली संविधानिक सोध होगी, पंचायत की कि अनुसूची रहेगी, एंटी डिफेक्शन लॉ जिन्हों अं की कहने हैं, इनू बोलते हैं असं दल बदल। फिर उस तो बाद राष्ट्रपति मतलब इतने हैडिंग दिता हुआ है भी आ सारिया चीज़ा असी कि डिस्कस करनी है जी, असी डिस्कस करनी है अनुसूचियों के। ओके, तो अनुसूचियां आदि है ना, अनुसूचियों की गिनती किनी है, 1 तो लैके 12 तक है, बहुत आदि हो, पर जिहड़ियां अज वाली अनुसूचियां आप पढ़ा शेड्यूल्स पढ़ा उनके थोड़ी जी डिटेल एक्स्ट्रा होगी, ठीक है? जिहड़ा पॉइंट ना पता लगता हो वो तुसीं पुछदे जाना, ठीक है? सब तो पहला जिहड़ा शेड्यूल है साडा संविधान दी पहली अनुसूची, हुण जिहड़ी फर्स्ट फर्स्ट शेड्यूल है संविधान दा, इहदे विच किहदी गल कीती गई है, राज ते केंद्र शासित राज्यां दी गल कीती गई है। जे आपां इहदे नाल आर्टिकल लैके चलांगे तां 1 तों लैके 4 आर्टिकल होगा। ਆਪਾਂ ਸ਼ਡਿਊਲ ਵੀ ਪੜਾਂਗੇ, ਉਹਨਾਂ ਦੀ ਗਿਣਤੀ ਕਿੰਨੀ ਆ ਤੇ ਉਹਨਾਂ ਦੇ ਨਾਲ ਮਤਲਬ ਕਿਹੜੇ ਕਿਹੜੇ ਆਰਟੀਕਲ ਜੁੜਦੇ ਆ, ਕਿੰਨੇ ਰਾਜ ਆ ਜੀ ਆਪਣੇ, 28 ਆ, ਕਿੰਨੇ ਕੇਂਦਰ ਸ਼ਾਸਿਤ ਰਾਜ ਆ, ਐਟ ਪ੍ਰੈਜੈਂਟ ਸਾਡੇ ਕੋਲ ਡਾਟਾ ਇਹ ਆ। ਪਰ ਇਹਦੇ ਪਿੱਛੇ ਇੱਕ ਪੁਆਇੰਟ ਹੋਰ ਕੀ ਕੰਮ ਕਰਦਾ, ਦੇਖੋ ਭਾਰਤੀ ਸੰਘ ਦੇ ਵਿੱਚ 2014 ਤੋਂ ਪਹਿਲਾਂ ਪੁੱਛਿਆ ਜਾਵੇ ਤੇ ਕਿੰਨੇ ਰਾਜ ਸੀਗੇ, 28 ਰਾਜ ਸੀ, ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿੰਨੇ ਸੀਗੇ। ਜਿਹੜੀ ਚੀਜ਼ ਤੁਸੀਂ ਨੋਟ ਕਰਨੀ ਉਹ ਨਾਲ ਨਾਲ ਨੋਟ ਕਰਦੇ ਜਾਓ, ਥੋੜੀ ਥੋੜੀ ਨੋਟ ਕਰਦੇ ਜਾਓ, ਬਾਕੀ ਆਪਾਂ ਇਹਦੀ ਪੀਡੀਐਫ ਬਣਾ ਕੇ ਵੀ ਸ਼ੇਅਰ ਕਰਾਂਗੇ। ਓਕੇ, ਭਾਰਤੀ ਸੰਘ ਦੇ ਵਿੱਚ ਕਿਹਦੇ ਤੋਂ ਪਹਿਲਾਂ ਜੀ, 2014। ਤਾਂ ਇੱਕ ਉਸ ਤੋਂ ਬਾਅਦ ਜਿਹੜੀ ਅਗਲੀ ਡੇਟ ਦੀ ਗੱਲ ਹੋਗੀ ਕਿਹੜੀ ਦੀ, 2 ਜੂਨ 2014 ਨੂੰ ਕਿਹੜਾ ਰਾਜ ਬਣਦਾ ਜੀ, ਜਿਹੜਾ ਤੇਲੰਗਾਨਾ ਰਾਜ ਬਣੂਗਾ ਉਹ ਕਿੰਨਵਾਂ ਰਾਜ ਬਣੂਗਾ ਭਾਰਤ ਦਾ, ਉਹ 29ਵਾਂ ਰਾਜ ਬਣੂਗਾ ਜੀ। ਕਿੰਨਵਾਂ ਰਾਜ ਬਣਦਾ ਜੀ, ਦੇਖੋ ਇਹਦਾ ਕੁਐਸਚਨ ਹੁਣ ਤੱਕ ਜਿਹੜਾ ਵੀ ਬਣ ਕੇ ਆਊਗਾ ਉਹ ਇਸੇ ਤਰੀਕੇ ਨਾਲ ਆਊਗਾ ਕਿ ਭਾਰਤ ਦਾ 29ਵਾਂ ਰਾਜ ਦੱਸੋ ਕਿਹੜਾ ਸੀ, ਤਾਂ ਕਿਹੜਾ ਸੀਗਾ ਜੀ ਉਹ, ਤੇਲੰਗਾਨਾ। ਦੇਖੋ ਜਿੱਥੇ ਰਾਜ 2014 ਤੋਂ ਪਹਿਲਾਂ ਕਿੰਨੇ ਸੀਗੇ, ਓਏ 7 ਖਾ ਕੇ ਆਏ ਕੁਐਸਚਨ, ਪਹਿਲਾਂ ਕਿੰਨੇ ਸੀਗੇ, 28। ਜਦੋਂ 2 ਜੂਨ 2014 ਨੂੰ ਤੇਲੰਗਾਨਾ ਬਣਦਾ ਹੈ, ਤੇਲੰਗਾਨਾ ਕਿਹੜੇ ਮਤਲਬ ਸਟੇਟ ਦੇ ਵਿੱਚੋਂ ਬਣਦਾ ਹੈ, ਆਂਧਰਾ ਪ੍ਰਦੇਸ਼। ਤਾਂ ਉਦੋਂ ਰਾਜਾਂ, ਸੋਰੀ ਇੱਥੇ ਗਲਤ ਲਿਖਿਆ ਗਿਆ, ਰਾਜਾਂ ਦੀ ਗਿਣਤੀ ਆਊਗੀ, ਇੱਥੇ ਰਾਜਾਂ ਦੀ ਗਿਣਤੀ ਕਿੰਨੀ ਹੋ ਜੂਗੀ, 29 ਹੋ ਜੂਗੀ। ਪਹਿਲਾਂ ਰਾਜ ਕਿੰਨੇ ਸੀਗੇ, 28, ਹੁਣ ਕਿੰਨੇ ਹੋ ਗਏ,
ਤੇ ਬਟ ਜਿਹੜੇ ਕੇਂਦਰ ਸ਼ਾਸਿਤ ਰਾਜ ਸੀ ਉਹ ਸੱਤ ਹੀ ਰਹੇ, ਉਹ ਟਸ ਤੋਂ ਮਾਸੀ ਨਹੀਂ ਹੋਏ। ਉਹ ਕਹਿੰਦੇ ਅਸੀਂ ਵਧਣਾ ਹੀ ਨਹੀਂ, ਕਿਹਨੂੰ ਵਧਾ ਲਓ ਤੁਸੀਂ? ਰਾਜਾਂ ਨੂੰ ਵਧਾ ਲਓ। ਹੁਣ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰੋ, ਆਰਟੀਕਲ ਕਿੰਨਾ? ਇੱਕ ਤੋਂ ਚਾਰ, ਕਿਹੜਾ ਜੀ? ਹਾਂਜੀ, ਇਹਨੂੰ ਤੁਸੀਂ ਸੈਕਿੰਡ ਪੁਆਇੰਟ ਲਿਖ ਸਕਦੇ ਹੋ, ਸਮਝ ਗਏ? ਇੱਥੇ ਮੈਂ 2 ਜੂਨ 2014 ਦੇ ਅਕੋਰਡਿੰਗ ਤੁਹਾਨੂੰ ਦੱਸਿਆ, ਜਿੱਥੇ ਮਿਸਿੰਗ ਹੈ ਐਂਡਿੰਗ ਦਾ ਆਪਾਂ ਨੂੰ ਅੰਡਰਸਟੈਂਡਿੰਗ ਹੈਗੀ ਹੈ ਵੀ ਇਹ ਪੁਆਇੰਟ ਦਿੱਤੇ ਆ ਤਾਂ ਆਪਾਂ ਨੂੰ ਸੈਕਿੰਡ ਪੁਆਇੰਟ ਬਣਾਵਾਂਗੇ। ਓਕੇ, ਕਲੀਅਰ? ਤਾਂ ਰਾਜਾਂ ਦੀ ਗਿਣਤੀ ਕਿੰਨੀ ਹੋ ਜਾਣੀ ਹੈ? 29। ਕੇਂਦਰ ਸ਼ਾਸਿਤ ਕਿੰਨੇ ਰਹਿਣਗੇ? ਉਸ ਤੋਂ ਬਾਅਦ 31 ਅਕਤੂਬਰ 2019 ਨੂੰ ਇੱਕ ਨਿਊ ਮਤਲਬ ਐਡਵਾਈਸ ਕਹਿ ਲਓ ਆਉਂਦੀ ਹੈ, ਫੈਸਲਾ ਆਉਂਦਾ। ਉੱਥੇ ਦੋ ਰਾਜ ਕਿਹੜੇ ਕਿਹੜੇ? ਜੰਮੂ ਅਤੇ ਕਸ਼ਮੀਰ ਨੂੰ ਅਲੱਗ ਕਰਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਆ, ਇੱਕ ਜੰਮੂ ਕਸ਼ਮੀਰ ਤੇ ਦੂਸਰਾ ਕਿਹੜਾ? ਤਾਂ ਡੇਟ ਕਿਹੜੀ ਹੋਊਗੀ ਜੀ? 31 2019। ਭਾਰਤ ਦਾ 29ਵਾਂ ਰਾਜ ਕਦੋਂ ਬਣਦਾ ਹੈ? ਕਹਿੰਦੇ 31 ਅਕਤੂਬਰ। ਉਹ 31 ਨਹੀਂ ਹੈਗੀ, ਇਹ 2 ਨੂੰ। ਜਿਹੜੀ ਆਹ ਚੀਜ਼ ਯਾਦ ਰੱਖਣੀ ਹੈ, ਇੱਥੇ ਜਾ ਕੇ ਜੰਮੂ ਕਸ਼ਮੀਰ ਤੇ ਲਦਾਖ, ਇਹ ਕਦੋਂ ਕੀਤਾ ਗਿਆ ਸੀਗਾ? ਇਹ ਸਰਦਾਰ ਵੱਲਭ ਭਾਈ ਪਟੇਲ ਦੀ 175ਵੀਂ ਜਿਹੜੀ ਜਯੰਤੀ ਸੀਗੀ ਉਹਦੇ ਸਮੇਂ ਕੀਤਾ ਗਿਆ ਜੀ, ਇਹ ਪੁੱਛਿਆ ਜਾਵੇ। ਓਕੇ, ਫਿਰ ਇਸ ਤੋਂ ਬਾਅਦ ਰਾਜਾਂ ਦੀ ਗਿਣਤੀ ਕਿੰਨੀ ਹੋ ਗਈ? ਕਿਉਂ 28 ਹੋ ਗਈ? ਰਾਜ ਪਹਿਲਾਂ ਕਿੰਨੇ ਸੀਗੇ? 29, ਕਿਉਂਕਿ ਇਹਨਾਂ ਦੇ ਵਿੱਚ ਕਿਹੜਾ ਸੀਗਾ ਰਾਜ? ਇਹਨਾਂ ਦੇ ਵਿੱਚ ਜੰਮੂ ਕਸ਼ਮੀਰ ਇੱਕ ਰਾਜ ਸੀਗਾ, ਜਦੋਂ ਰਾਜ ਜੰਮੂ ਕਸ਼ਮੀਰ ਸੀ ਤਾਂ ਉਹਨੂੰ ਯੂਟੀ ਬਣਾ ਦਿੱਤਾ ਗਿਆ, ਤਾਂ ਰਾਜਾਂ ਦੀ ਗਿਣਤੀ ਫਿਰ ਕਿੰਨੀ ਹੋ ਗਈ? 28 ਹੋ ਗਈ। ਤੇ ਕੇਂਦਰ ਸ਼ਾਸਿਤ ਰਾਜ ਕਿੰਨੇ ਸੀਗੇ? 7। ਜਦੋਂ 7 ਸੀਗੇ ਤੇ ਉਹਦੇ ਵਿੱਚ 2 UT ਨਵੇਂ ਜੁੜ ਗਏ ਤੇ ਉਹਨਾਂ ਦੀ ਗਿਣਤੀ ਕਿੰਨੀ ਹੋ ਜਾਊਗੀ? ਤਾਂ ਅਸੀਂ ਇਹ ਕਹਾਂਗੇ ਕਿ ਕੇਂਦਰ ਸ਼ਾਸਿਤ ਰਾਜਾਂ ਦੀ ਗਿਣਤੀ ਕਿੰਨੀ ਹੁੰਦੀ ਹੈ? ਇੱਥੇ 9 ਹੁੰਦੀ ਹੈ। ਡੇਟਸ ਨੂੰ ਯਾਦ ਰੱਖਣਾ ਜੀ ਤੁਸੀਂ, ਵੀ ਕਿਹੜੀਆਂ ਕਿਹੜੀਆਂ ਡੇਟਸ ਤੇ ਕਿਹੜੇ ਕਿਹੜੇ ਫੈਕਟਸ ਆਉਂਦੇ। ਓਕੇ, ਫਿਰ ਇਸ ਤੋਂ ਬਾਅਦ ਅੱਗੇ ਪੜ੍ਹੋ ਜੀ। ਫਿਰ ਇੱਕ ਤਰੀਕ ਹੋਰ ਆਉਂਦੀ ਹੈ, 31 ਜਨਵਰੀ 2000। ਜਿਹੜੇ ਦੋ ਕੇਂਦਰ ਸ਼ਾਸਿਤ ਰਾਜ ਆ ਕਿਹੜੇ ਕਿਹੜੇ? ਦਮਨ ਦਿਊ ਤੇ ਦਾਦਰਾ ਨਗਰ, ਇਹਨਾਂ ਨੂੰ ਇਕੱਠਾ ਕਰ ਦਿੱਤਾ ਗਿਆ। ਹੁਣ ਸਾਡੇ ਕੋਲ ਡਾਟਾ ਕੀ ਆ ਰਿਹਾ ਸੀਗਾ? 28 ਰਾਜ ਆ ਰਹੇ ਆ ਤੇ 9 ਕੀ ਆ ਰਹੇ ਆ? ਕੇਂਦਰ ਸ਼ਾਸਿਤ ਰਾਜ। ਤਾਂ 31 ਜਨਵਰੀ 2019 ਨੂੰ ਕੀ ਹੋਊਗਾ? ਦਮਨ ਦਿਊ ਤੇ ਦਾਦਰਾ ਨਗਰ ਹਵੇਲੀ ਦੋ ਅਲੱਗ ਅਲੱਗ ਯੂਟੀ ਪ੍ਰਦੇਸ਼ ਹੈ। ਯੂਟੀ ਪ੍ਰਦੇਸ਼ ਕਿੰਨੇ ਆ ਜੀ ਆਪਣੇ ਐਟ ਪ੍ਰੈਜੈਂਟ? ਕਿੰਨੇ? ਹੁਣ ਜੇ ਇੱਥੇ 9 ਸੀਗੇ ਤਾਂ ਉਹਨਾਂ ਨੂੰ ਇਕੱਠਾ ਕਰ ਦਾਂਗੇ ਤਾਂ ਰਾਜ ਕਿੰਨੇ ਰਹਿਣਗੇ? 28। ਤੇ ਯੂਟੀ ਕਿੰਨੇ ਬਣ ਜਾਣਗੇ? ਤਾਂ ਜਿਹੜਾ ਸਾਡਾ ਹੁਣ ਦਾ ਡਾਟਾ ਹੈਗਾ ਜੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ, ਉਹ ਕੀ ਹੈ? 28 ਤੇ 8। ਤਾਂ ਸਾਡੇ ਕੋਲ 28 ਰਾਜ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ। ਹੁਣ ਜੇ ਆਹ ਸਾਰਾ ਸਾਰਾ ਜਿਹੜਾ ਡਾਟਾ ਦਿੱਤਾ ਹੋਇਆ ਉਹ ਸਾਡੀ ਸੰਵਿਧਾਨ ਦੀ ਪਹਿਲੀ ਅਨੁਸੂਚੀ ਦੇ ਵਿੱਚ ਪੁੱਛਿਆ ਜਾ ਸਕਦਾ। ਜੇ ਸਿੰਪਲ ਕੁਐਸਚਨ ਬਣਦਾ ਤਾਂ ਸਿੰਪਲ ਕੀ ਬਣੂਗਾ ਕਿ ਭਾਰਤੀ ਸੰਵਿਧਾਨ ਦੀ ਪਹਿਲੀ ਸੂਚੀ ਦੇ ਵਿੱਚ ਕੀ ਸ਼ਾਮਲ ਆ? ਤਾਂ ਤੁਹਾਡਾ ਆਨਸਰ ਹੋਊਗਾ 28 ਰਾਜ ਤੇ। ਹੁਣ 28 ਤੋਂ 29 ਕਦੋਂ ਹੁੰਦੇ ਆ? 2014 ਦੇ ਵਿੱਚ। ਫਿਰ ਜਦੋਂ 29 ਹੁੰਦੇ ਆ ਉਸ ਤੋਂ ਬਾਅਦ ਕਿਹੜੀ ਤਰੀਕ ਨੂੰ ਦੋ ਕੇਂਦਰ ਸ਼ਾਸਿਤ ਰਾਜ ਬਣਦੇ ਆ? 31 ਅਕਤੂਬਰ 2019 ਨੂੰ। ਤੇ ਫਿਰ ਉਸ ਤੋਂ ਬਾਅਦ ਦੋ ਆਪਣੇ ਯੂਟੀ ਪ੍ਰਦੇਸ਼ਾਂ ਨੂੰ ਇਕੱਠਾ ਕਰ ਦਿੱਤਾ ਜਾਂਦਾ 31 ਜਨਵਰੀ। ਤਾਂ ਤੁਹਾਡੇ ਕੋਲ ਕਿੰਨੀਆਂ ਡੇਟਸ ਆ ਗਈਆਂ? 2 ਜੂਨ 2014 ਆ ਗਈ, ਫਿਰ ਉਸ ਤੋਂ ਬਾਅਦ 31 ਅਕਤੂਬਰ 2019 ਤੇ 31 ਜਨਵਰੀ 2020। ਕਲੀਅਰ ਹੈ ਇੱਥੋਂ ਤੱਕ ਸਾਰਿਆਂ ਨੂੰ? ਚੰਗੀ ਤਰ੍ਹਾਂ ਜੇ ਕੋਈ ਕੁਐਸਚਨ ਪੁੱਛਣਾ ਤਾਂ ਪੁੱਛ ਸਕਦੇ ਹੋ। ਨਹੀਂ ਜੀ, 31 ਜਨਵਰੀ ਦੇ ਵਿੱਚ। ਓਕੇ, ਚੱਲੀਏ ਨੈਕਸਟ ਤੇ। ਅਗਲਾ ਆਪਣਾ ਹੈਗਾ ਜੀ ਸੈਕਿੰਡ ਸ਼ਡਿਊਲ। ਹੁਣ ਜਿਹੜਾ ਸੈਕਿੰਡ ਸ਼ਡਿਊਲ ਹੈ ਭਾਰਤੀ ਸੰਵਿਧਾਨ ਦੀ ਦੂਸਰੀ ਅਨੁਸੂਚੀ,
ਭਾਰਤੀ ਸੰਵਿਧਾਨ ਦੀ ਦੂਸਰੀ ਅਨੁਸੂਚੀ ਹੈ ਜਿਹੜੀ, ਇਹਦੇ ਵਿੱਚ ਜੇ ਟੌਪਿਕ ਬਣ ਕੇ ਆਊਗਾ ਤਾਂ ਅਹੁਦੇਦਾਰਾਂ ਦੀਆਂ ਤਨਖਾਹਾਂ ਤੇ, ਇਹ ਤੁਹਾਡੇ ਕੁਐਸਚਨ ਦਾ ਆਨਸਰ ਹੈ ਜੀ। ਬਸ ਹੁਣ ਇਹਨੂੰ ਅੱਗੇ ਸਟੱਡੀ ਕਰਨਾ, ਉਹਦੇ ਲਈ ਕੀ ਹੈ, ਆਰਟੀਕਲ ਕਿਹੜੇ ਕਿਹੜੇ ਪਏ ਆ, ਆਰਟੀਕਲ 59 ਆਇਆ, 59 ਤੋਂ ਬਾਅਦ 65, 158, 75, 97 ਤੇ 186। ਹੁਣ ਕੀ ਹੈ ਇੱਥੇ ਦੇਖੋ, ਕਹਿੰਦਾ ਇਟ ਆਊਟਲਾਈਨਸ ਦਾ ਪ੍ਰੋਵੀਜ਼ਨ ਫਾਰ ਦਾ ਐਲਮੋਨੈਂਟਸ ਐਂਡ ਅਲਾਉਂਸਸ ਆਫ ਦਾ ਫਾਲਿੰਗ ਪ੍ਰੈਜ਼ੀਡੈਂਟ ਆਫ ਇੰਡੀਆ ਐਂਡ। ਭਾਰਤੀ ਸੰਵਿਧਾਨ ਦੀ ਦੂਸਰੀ ਅਨਸੂਚੀ ਦੇ ਵਿੱਚ ਪਾਰਟਸ ਆ ਜੀ, ਉਹ ਪਾਰਟਸ ਕਿੰਨੇ ਆ, ਕਿਹੜੇ ਕਿਹੜੇ ਪਾਰਟ ਹੈ, ਉਹਨਾਂ ਦੀ ਗੱਲ ਹੈ। ਇਸ ਤੋਂ ਪਹਿਲਾਂ ਤੁਸੀਂ ਪੜ੍ਹਿਆ ਹੋਊਗਾ ਕਿ ਭਾਰਤੀ ਸੰਵਿਧਾਨ ਹੈ ਜਿਹੜਾ, ਉਹਦਾ ਜਿਹੜੀ ਦੂਸਰੀ ਅਨੁਸੂਚੀ ਚ ਕੀ ਦਿੱਤਾ ਜਾਂਦਾ, ਤਨਖਾਹਾਂ ਤੇ ਕੀ ਦਿੱਤੀਆਂ ਜਾਂਦੀਆਂ। ਹੁਣ ਤਨਖਾਹਾਂ ਕਿਹਨਾਂ ਨੂੰ ਦੇਵਾਂਗੇ ਆਪਾਂ, ਦਿਓ ਕਿਹਨੂੰ ਦਿਓਗੇ ਤਨਖਾਹ, ਰਾਸ਼ਟਰਪਤੀ ਹੋ ਗਿਆ, ਉਪ ਰਾਸ਼ਟਰਪਤੀ ਹੋ ਗਿਆ, ਰਾਜਪਾਲ ਹੋ ਗਿਆ, ਵਿਧਾਨ ਸਭਾ ਦੇ ਮੈਂਬਰ ਹੋ ਗਏ, ਵਿਧਾਨ ਰਾਜ ਵਿਧਾਨ ਪਰਿਸ਼ਦ ਦੇ ਮੈਂਬਰ ਹੋ ਗਏ, ਇਹ ਸਾਰੇ ਮੈਂਬਰਾਂ ਨੂੰ ਕੀ ਮਿਲਦੀ ਹੈ, ਤਨਖਾਹ। ਤਾਂ ਇਹਦੇ ਪਾਰਟ ਆ ਜੀ, ਜੇ ਅੱਗੇ ਪੁਆਇੰਟ ਸਾਨੂੰ ਪੁੱਛਿਆ ਜਾਊਗਾ ਨਾ ਵੀ ਕਿਹੜਾ ਪਾਰਟ ਆ, ਤਾਂ ਭਾਰਤੀ ਸੰਵਿਧਾਨ ਦੀ ਦੂਸਰੀ ਸੂਚੀ ਦਾ ਜਿਹੜਾ ਪਾਰਟ ਏ ਹੈ, ਇਹਦੇ ਵਿੱਚ ਭਾਰਤ ਦਾ ਰਾਸ਼ਟਰਪਤੀ, ਰਾਜਪਾਲ ਤੇ ਨਾਲ ਹੀ ਤੁਸੀਂ ਇੱਥੇ ਉਪ ਰਾਸ਼ਟਰਪਤੀ ਵੀ ਕਰ ਸਕਦੇ ਪਾਰਟ ਦੇ ਵਿੱਚ। ਜੇ ਸਪੋਜ਼ ਸਾਨੂੰ ਪਾਰਟ ਨਹੀਂ ਪੁੱਛੇ ਜਾਂਦੇ ਤਾਂ ਸਾਡੇ ਲਈ ਸਿਰਫ ਇੰਨਾ ਕੁਐਸਚਨ ਹੈ ਕਿ ਜਿਹੜੇ ਸਰਕਾਰ ਆ ਜਿਹੜੀ ਚਲਾਉਣ ਵਾਲੇ ਰਾਜਾਂ ਨੂੰ ਜਾਂ ਦੇਸ਼ ਨੂੰ ਚਲਾਉਣ ਵਾਲੇ ਪਰਸਨ ਹੈ, ਉਹਨਾਂ ਦੀਆਂ ਤਨਖਾਹਾਂ ਤੇ ਜਿਹੜੇ ਭੱਤੇ ਉਹ ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਦਾ ਪਾਰਟ ਹੈ, ਉਹ ਦੂਸਰੀ ਅਨੁਸੂਚੀ ਦਾ ਪਾਰਟ ਹੈ। ਉਹ ਪਤਾ ਲੱਗ ਗਿਆ ਕੁਛ। ਫਿਰ ਉਸ ਤੋਂ ਬਾਅਦ ਜਿਹੜਾ ਪਾਰਟ ਸੀ ਹੈ, ਪਾਰਟ ਸੀ ਦੇ ਵਿੱਚ ਕੀ ਹੈ, ਸਪੀਕਰ ਐਂਡ ਡਿਪਟੀ ਸਪੀਕਰ ਆਫ, ਚੇਅਰਮੈਨ ਐਂਡ ਡਿਪਟੀ ਚੇਅਰਮੈਨ ਆਫ, ਕਿਉਂਕਿ ਜਿਹੜਾ ਸਪੀਕਰ ਆ ਲੋਕ ਸਭਾ ਦਾ, ਸਪੀਕਰ ਦੇ ਉਪ ਸਪੀਕਰ, ਇਹਦੀ ਤਨਖਾਹ। ਫਿਰ ਰਾਜ ਸਭਾ ਦਾ ਸਭਾਪਤੀ ਤੇ ਉਪ ਸਭਾਪਤੀ, ਕੌਣ ਹੁੰਦਾ ਇਹ ਰਾਜ ਸਭਾ ਦਾ ਸਭਾਪਤੀ, ਵਾਈਸ ਪ੍ਰੈਜ਼ੀਡੈਂਟ ਹੁੰਦਾ, ਠੀਕ ਹੈ। ਫਿਰ ਸਪੀਕਰ ਐਂਡ ਡਿਪਟੀ ਸਪੀਕਰ ਆਫ ਦਾ ਲੈਜਿਸਲੇਟਿਵ ਅਸੈਂਬਲੀ, ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਵਿਧਾਨ ਸਭਾ ਦਾ ਸਪੀਕਰ ਤੇ ਉਪ ਸਪੀਕਰ। ਇੱਥੇ ਅਸੀਂ ਪਾਰਟ ਕਿਹਦੀ ਦੀ ਗੱਲ ਕਰਦੇ ਪਏ ਹਾਂ, ਜਿਹੜਾ ਪਾਰਟ ਆ ਥੋੜਾ ਮਿਕਸ ਹੋ ਚੁੱਕਿਆ, ਜਿਹੜਾ ਪਾਰਟ ਬੀ ਹੈ ਉਹ ਓਮਿਟਡ ਹੋ ਚੁੱਕਿਆ, ਖਤਮ ਹੋ ਚੁੱਕਿਆ ਸੀ ਸਹਿਮਤ ਅਮੈਂਡਮੈਂਟ 1956 ਦੇ ਵਿੱਚ। ਹੁਣ ਕਿਹਦੇ ਵਿੱਚ ਖਤਮ ਕਰਤਾ, ਕਿਹੜੀ ਸੋਧ ਰਾਹੀਂ ਖਤਮ ਕੀਤਾ ਗਿਆ, ਸੱਤਵੀਂ ਸੋਧ। ਤੇ ਸੱਤਵੀਂ ਸੋਧ ਕਦੋਂ ਹੁੰਦੀ ਹੈ, 1900, ਕਿਹੜਾ ਪਾਰਟ ਖਤਮ ਹੋਊਗਾ, ਜੇ ਸਾਨੂੰ ਈਜ਼ੀ ਕੁਐਸਚਨ ਪੁੱਛਿਆ ਜਾਊਗਾ ਭਾਰਤੀ ਸੰਵਿਧਾਨ ਦੀ ਦੂਸਰੀ ਅਨੁਸੂਚੀ ਚ ਕੀ ਹੈ, ਤਾਂ ਤੁਸੀਂ ਆਂਸਰ ਕੀ ਦਿਓਗੇ, ਤੁਹਾਡਾ ਆਂਸਰ ਆ ਆਮ, ਠੀਕ ਹੈ। ਫਿਰ ਉਸ ਉਹਦੇ ਜੇ ਪਾਰਟ ਪੁੱਛੇ ਜਾਣਗੇ ਤਾਂ ਪਾਰਟ ਉਹਦਾ ਅਗਲਾ ਹਿੱਸਾ ਜੀ, ਪਾਰਟ ਏ ਦੇ ਵਿੱਚ ਆ ਗਿਆ ਰਾਸ਼ਟਰਪਤੀ ਆ ਗਿਆ ਤੇ ਗਵਰਨਰ ਆ ਗਿਆ। ਫਿਰ ਉਸ ਤੋਂ ਬਾਅਦ ਪਾਰਟ ਸੀ ਦੇ ਵਿੱਚ ਕਿਹੜੇ ਕਿਹੜੇ ਆ ਗਏ, ਲੋਕ ਸਭਾ ਆ ਗਈ, ਰਾਜ ਸਭਾ ਆ ਗਈ, ਠੀਕ ਹੈ, ਤੇ ਫਿਰ ਉਸ ਤੋਂ ਬਾਅਦ ਵਿਧਾਨ ਸਭਾ ਆ ਗਈ, ਕਾਉਂਸਲ ਆਫ ਮਿਨਿਸਟਰ ਵੀ ਆਉਣਗੇ, ਉਹ ਅਗਲੇ ਪੇਜ ਤੇ ਚੱਲਦੇ ਆ ਆਪਾਂ। ਇਹਨਾਂ ਸਾਰਿਆਂ ਨੂੰ ਕਿਹੜੇ ਪਾਰਟ ਦੇ ਵਿੱਚ ਰੱਖਿਆ ਗਿਆ, ਪਾਰਟ ਸੀ ਦੇ ਵਿੱਚ ਰੱਖਿਆ ਗਿਆ। ਓਕੇ ਕਲੀਅਰ ਹੈ ਜੀ, ਤੇ ਪਾਰਟ ਬੀ ਜਿਹੜਾ ਮਿਟਡ ਕੀਤਾ ਗਿਆ ਮਤਲਬ ਖਤਮ ਕੀਤਾ ਗਿਆ, ਕਿਹੜੀ ਸੋਧ ਰਾਹੀਂ ਖਤਮ ਹੋਊਗਾ, ਉਹ ਹੋਊਗਾ ਜੀ ਸੱਤਵੀਂ ਸੋਧ 1956 ਦੇ ਵਿੱਚ। ਤੇ ਜਿਹੜੇ ਆ ਆਰਟੀਕਲ ਹੈ ਇਹ ਵੀ ਇਹਨਾਂ ਦੇ ਨਾਲ ਰਿਲੇਟਡ ਹੈ। ਹੁਣ ਮੇਰੀ ਗੱਲ ਸੁਣੋ, ਜਿਹੜਾ ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਟ ਦਾ ਆਰਟੀਕਲ ਕੀ ਹੁੰਦਾ ਜੀ, ਮੈਂ ਬੋਲਾਂਗਾ ਕਿ ਤੁਸੀਂ ਬੋਲੋਗੇ, 52 ਤੋਂ 62, 52 ਤੋਂ ਲੈ ਕੇ 62। ਹੁਣ ਇੱਥੋਂ 52 ਤੋਂ 62 ਦੇ ਵਿੱਚ ਕਿਹੜਾ ਆਰਟੀਕਲ ਪਿਆ, ਇੱਥੇ 59 ਪਿਆ, ਇਟ ਮੀਨ ਜਿਹੜਾ 59 ਉਹ ਫਿਰ ਕਿਹਦੇ ਨਾਲ ਜੁੜੂਗਾ, ਰਾਸ਼ਟਰਪਤੀ ਦੇ ਨਾਲ ਜੁੜੂਗਾ।
ਠੀਕ ਹੈ। ਜੇ ਅਸੀਂ ਗਵਰਨਰ ਦੀ ਗੱਲ ਕਰਦੇ ਹਾਂ, ਗਵਰਨਰ ਦਾ ਆਰਟੀਕਲ ਕੀ ਹੋਊਗਾ? 162 ਤੱਕ, ਠੀਕ ਹੈ। ਤੇ ਇਹਦੇ ਵਿੱਚ ਕਿਹੜਾ ਆਰਟੀਕਲ ਪਿਆ ਸੀ? 158। ਅਸੀਂ ਰਾਜਪਾਲ ਵਗੈਰਾ ਇਹ ਪੜ੍ਹੇ ਹੋਏ ਹੈ ਨਾ, ਤਾਂ ਫਿਰ ਇਸ ਤਰੀਕੇ ਨਾਲ ਤੁਹਾਨੂੰ ਆਰਟੀਕਲ ਦਾ ਪਤਾ ਲੱਗ ਸਕਦਾ। ਓਕੇ, ਜਿਹੜੇ ਸੈਕੰਡ ਸ਼ਡਿਊਲ ਆ, ਇਹਦਾ ਪਹਿਲਾ ਪਾਰਟ ਹੋ ਗਿਆ ਏ, ਓਮਿਟਡ ਪਾਰਟ ਕਿਹੜਾ ਸੀਗਾ? ਬੀ। ਤੇ ਅਗਲਾ ਪਾਰਟ ਕਿਹੜਾ ਆ ਗਿਆ? ਹੁਣ ਜਿਹੜਾ ਸੀ ਪਾਰਟ ਹੈ, ਇਹਦੇ ਵਿੱਚ ਅਗਲੇ ਦੋ ਪਾਰਟ ਹੋਰ ਹੈ ਜੀ। ਇੱਥੇ ਦਿੱਤਾ ਹੋਇਆ ਪਾਰਟ ਡੀ, ਥੋੜੀ ਪਲੇਸ ਚੇਂਜ ਹੋ ਗਈ ਇਹਦੀ। ਪਾਰਟ ਡੀ ਦੇ ਵਿੱਚ ਕੀ ਆਊਗਾ? ਜੱਜਸ ਆਫ ਤੇ ਹਾਈ ਕੋਰਟ। ਹੁਣ ਸੁਪਰੀਮ ਕੋਰਟ ਹੈ, ਸੁਪਰੀਮ ਕੋਰਟ ਕਿਹੜੇ ਆਰਟੀਕਲ ਚ ਆਉਂਦੀ ਹੈ ਜੀ? 124 ਤੋਂ ਲੈ ਕੇ 147 ਤੱਕ ਸੁਪਰੀਮ ਕੋਰਟ ਹੈ, ਤਾਂ ਇਟ ਮੀਨਸ ਇਹਦੇ ਚੋਂ ਆਰਟੀਕਲ ਕਿਹੜਾ ਜੁੜੂਗਾ ਫਿਰ? 125 ਆਰਟੀਕਲ ਆ, ਕਿਹਦੇ ਨਾਲ ਜੁੜ ਜੂਗਾ? ਉਸ ਤੋਂ ਬਾਅਦ ਇਹਨਾਂ ਨੇ ਹਾਈ ਕੋਰਟ ਦੀ ਗੱਲ ਕੀਤੀ ਹੈ, ਹਾਈ ਕੋਰਟ ਦਾ ਆਰਟੀਕਲ ਕੀ ਰਹੂਗਾ? 214 ਤੋਂ ਲੈ ਕੇ 231, ਤੇ ਇਹਦੇ ਵਿੱਚੋਂ ਕਿਹੜਾ ਆਰਟੀਕਲ ਆ ਗਿਆ ਫਿਰ? ਤਾਂ ਫਿਰ ਆਹ ਆਰਟੀਕਲ ਹਾਈ ਕੋਰਟ ਦੇ ਨਾਲ ਜੁੜ ਜਾਣਾ, ਤੇ ਆਹ ਕਿਹਦੇ ਨਾਲ ਜੁੜ ਜਾਣਾ ਜੀ? ਸੁਪਰੀਮ ਕੋਰਟ ਦੇ ਨਾਲ। ਤੇ ਇਹ ਭਾਰਤੀ ਸੰਵਿਧਾਨ ਦੀ ਕਿਹੜੀ ਸੂਚੀ 'ਚ ਹੈ? ਤੁਹਾਨੂੰ ਕੁਐਸਚਨ ਆ ਜਾਏ ਕਿ ਸੁਪਰੀਮ ਕੋਰਟ ਦਾ ਜੱਜ ਤੇ ਹਾਈ ਕੋਰਟ ਦੇ ਜੱਜਾਂ ਨੂੰ ਤਨਖਾਹਾਂ ਕਿਹੜੀ ਅਨੁਸੂਚੀ ਦੇ ਅਧੀਨ ਦਿੱਤੀਆਂ ਜਾਂਦੀਆਂ? ਹਾਂਜੀ, ਦੂਸਰੀ ਅਨੁਸੂਚੀ ਦੇ ਅਧੀਨ, ਠੀਕ ਹੈ ਜੀ। ਚੱਲ ਗਈ ਅੱਗੇ,